Wahe Guru, Wahe Guru, Wahe ka khalsa, Wahe Ji ki My name is Jasteep Kaur. I am a career counselor, well-being coach, and a public speaker. today's morning hukumnama from shiri darbar sahib amritsar is by shri guru arjan dev ji in ratnasri ang 682 of shri guru granth sahib ji let's read it understand so that we can implement in our day to day life satnam shri vaheguru sahib ji natnasri mohalla panjwa jisko bisre pranpat data soi ganhu apaga चरण कमल जाका मन अम्यो सरोवर पागा तेरा जन राम नाम रंग जागा आलस गया सब तन ते प्रीतम सियो मन लागा रहाओ ओ मनुख बद किस्मती समझो जिस तू जीवन रो चला वाले प्राणा मालक प्रभु विसर जाता है पर ਜਿਸ ਵਡਭਾਗੀ ਗੁਰਮੁਖ ਦਾ ਮਨ ਪ੍ਰਭੂ ਦੇ ਕੋਮਲ ਚਰਨ ਕਮਲਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਉਹ ਆਤਮਕ ਜੀਵਨ ਦੇਣ ਵਾਲੇ ਬਖਸ਼ਿਸ਼ੀ ਨਾਮ ਜਲ ਦਾ ਸਰੋਵਰ ਲੱਭ ਰੰਦਾ ਹੈ हे ਪ੍ਰਭੂ ਤੇਰਾ ਸੇਵਕ ਤੇਰੇ ਨਾਮ ਰੰਗ ਤੇ ਪਿਆਰ ਵਿੱਚ ਟਿਕ ਕੇ ਸੰਸਾਰਕ ਮਾਇਆ ਮੋਹ ਵੱਲੋਂ ਸਦਾ ਹੀ ਸੁਚੇਤ ਰਹਿੰਦਾ ਹੈ ਪਰਮਾਤਮਿਕ ਕਿਰਪਾ ਸਦਕਾ ਸਰੀਰ ਵਿੱਚੋਂ ਸਾਰਾ ਆਲਸ ਖਤਮ ਹੋਣ ਨਾਲ ਹੁਨ ਮਨ ਇਕਾਗਰਤਾ ਵਿੱਚ ਪ੍ਰੀਤਮ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ਰਹਾਉ ਲੈਟਸ ਰਿਲੇਟ ਥਿਸ ਵਿਦ ਆਰ ਡੇ ਟੂ ਡੇ ਲਾਈਫ ਸੋ ਥੈਟ ਵੀ ਕੈਨ ਇੰਪਲੀਮੈਂਟ ਇਟ ਟੂਡੇ ਇੱਥੇ ਮੈਂ ਐਗਜ਼ੈਂਪਲ ਲੈਂਨੀ ਆ ਦੋ ਇਨਸਾਨਾਂ ਦੀ ਪਹਿਲਾ ਇਨਸਾਨ ਸਵੇਰੇ ਜਗਦਾ ਹੈ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ ਹੈ ਨਿਤਨੇਮ ਕਰਦਾ ਹੈ ਪ੍ਰੇਰਸ਼ ਕਰਦਾ ਹੈ ਉਸ ਤੋਂ ਬਾਅਦ ਐਕਸਰਸਾਈਜ਼ ਕਰਦਾ ਹੈ ਆਪਣੀ ਬੋਡੀ ਨੂੰ ਮੇਨਟੇਨ ਕਰਨ ਵਾਸਤੇ ਉਸ ਤੋਂ ਬਾਅਦ ਹੈਲਦੀ ਬ੍ਰੈਕਫਾਸਟ ਖਾਂਦਾ ਹੈ ਤੇ ਤਿਆਰ ਹੋ ਕੇ ਆਪਣੇ ਕੰਮ ਤੇ ਜਾਂਦਾ ਹੈ ਦੂਸਰਾ ਇਨਸਾਨ ਉਹਨੂੰ ਸਵੇਰੇ ਉੱਠਣ ਦਾ ਕੋਈ ਸ਼ੌਕ ਨਹੀਂ ਹੁੰਦਾ ਜਾਂ ਉਹਦੇ ਕੋਲ ਸਵੇਰੇ ਉੱਠਿਆ ਹੀ ਨਹੀਂ ਜਾਂਦਾ ਬੜੇ ਟਾਈਮ ਨਾਲ ਬੜੇ ਜਦੋਂ ਉਹਦਾ ਕੰਮ ਤੇ ਜਾਣ ਦਾ ਸਮਾਂ ਹੁੰਦਾ ਹੈ ਉਸ ਤੋਂ ਥੋੜੀ ਦੇਰ ਪਹਿਲੇ ਬੜੇ ਆਲਸ विच उठद अपनी बॉडी न किसी तरह ड्रैक करके तैयार होंद या बिना ब्रेकफास्ट खाए चला जाए तो या बड़ा अनहेल्दी ब्रेकफास्ट खा के जल्दी नाल अपने ऑफिस वि चला जाता चॉइस है असं किस तरह का इंसान बनना चाहवागे हम अगर अस पहले इंसान की गल करिए उसने सवेरे नितनेम भी किया सो वैन यू कनैक्ट विद दैट हायर पावर यू कनैक्ट विद योर सेल्फ ओद थे अंदर इनर्जी एक्टिवेट होंगी है एंड दैन यू आर एबल टू डू ऑल द वर्कस दैट यू इनटेंड टू डू इन अ डे पर अगर ती उस परमात्मा न कनैक्ट ही नहीं करोगे ते आलस तो आलस अपना घर पूरी तरह थोड़े मन के अंदर बना लेगा तो उस कंफर्ट जोन तो निकल ही नहीं पाओगे ਇਸ ਵਨ ਸਟੋਰੀ देयर वाज ਅ ਯੰਗ ਬੋਏ ਸਤਾਰੈਂਦਾ ਸੀ ਉਹਨੂੰ ਕੋਈ ਕੰਮ ਕਰਨ ਦਾ ਸ਼ੌਕ ਨਹੀਂ ਸੀ ਪੂਰਾ ਦਾ ਪੂਰਾ ਆਲਸ ਨਾਲ ਉਤਪ੍ਰੋਤ ਇੱਕ ਦਿਨ ਉਹਦੀ ਲਾਈਫ ਵਿੱਚ ਰੱਬ ਪ੍ਰਗਟ ਹੁੰਦਾ ਹੈ ਸਟੋਰੀ ਹੈ ਉਹਨੂੰ ਕਹਿੰਦੇ ਨੇ ਤੂੰ ਮੰਗ ਕੀ ਮੰਗਣਾ ਚਾਹੁੰਦਾ ਹੈ ਕੀ ਚਾਹੁੰਦਾ ਹੈ ਤੂੰ ਜ਼ਿੰਦਗੀ ਵਿੱਚ ਉਹ ਕਹਿੰਦਾ ਮੈਂ ਬੜਾ ਹਾਲਸੀ ਆ ਮੈਨੂੰ ਨਾ ਥੋੜਾ ਐਕਟਿਵ ਕਰ ਦਿਓ ਤਾਂ ਕਿ ਮੈਂ ਐਟ ਲੀਸਟ ਆਪਣੇ ਕੰਮਕਾਰ ਤੇ ਕਰ ਸਕਾਂ ਮੈਂ ਤਾਂ ਸੁੱਤਾ ਹੀ ਰਹਿੰਦਾ ਹਾਂ ਮਤਲਬ ਮੈਨੂੰ ਇੰਨੀ ਨੀਂਦ ਆਂਦੀ ਏ ਤੇ ਮੇਰਾ ਕੋਈ ਕੰਮ ਕਰਨ ਇਸ ਦਿਲ ਨਹੀਂ ਲੱਗਦਾ ਰਾਬ ਉਹ ਨੂੰ ਇੱਕ ਮੈਜਿਕ ਵਾਂਡ ਦਿੰਦੇ ਨੇ ਕਹਿੰਦੇ ਨੇ ਹੇਰ ਇਜ਼ ਅ ਮੈਜਿਕ ਵਾਂਡ ਇਹਦੇ ਕੋਲ ਤੂੰ ਜੋ ਮੰਗੇਗਾ ਨਾ ਤੈਨੂੰ ਮਿਲ ਜਾਏਗਾ ਉਹ ਮੈਜਿਕ ਵਾਂਡ ਨਾਲ ਕੁਝ ਕੰਮ ਕਰਦਾ ਹੈ ਕੁਝ ਆਪਣੀਆਂ ਡਿਮਾਂਡਸ ਰੱਖਦਾ ਹੈ ਔਰ ਜੇ ਪੂਰੀਆਂ ਹੁੰਦੀਆਂ ਨੇ ਬੜਾ ਖੁਸ਼ ਹੁੰਦਾ ਹੈ ਇੱਕ ਦਿਨ ਅਸਰਾਇ ਸਵੇਰੇ ਸੁੱਤਾ ਪਿਆ ਸੀ ਆਲਸ ਵਿੱਚ ਪਿਆ ਹੋਇਆ ਉਹਦੇ ਗ੍ਰੈਂਡਫਾਦਰ ਆਂਦੇ ਨੇ ਉਹਨੂੰ ਕਹਿੰਦੇ ਨੇ ਦੇਖ ਬਾਹਰ ਖੇਤਾਂ ਦਾ ਧਿਆਨ ਰੱਖੀ ਕਿਤੇ ਜਾਨਵਰ ਆ ਕੇ ਖੇਤ ਖਰਾਬ ਨਾ ਕਰ ਜਾਣ ਮੈਂ ਕਿਸੇ ਜ਼ਰੂਰੀ ਕੰਮ ਜਾ ਰਿਹਾ ਵਾਂ ਤੇ ਹੁਣ ਤੂੰ ਉੱਠ ਜਾ ਤੇ ਕੰਮ ਤੇ ਲੱਗ ਜਾ ਉਹ ਕਹਿੰਦੇ ਹਾਂ ਹਾਂ ਤੁਸੀਂ ਜਾਓ ਆਲ ਟੇਕ ਕੇਅਰ ਆਫ ਮੈਂ ਧਿਆਨ ਰੱਖਾਂਗਾ ਸ਼ਾਇਦ ਨੀਂਦ ਵਿੱਚ ਬੋਲ ਗਿਆ ਉਹਦੇ ਗ੍ਰੈਂਡਫਾਦਰ ਚਲੇ ਜਾਂਦੇ ਨੇ ਉੱਥੇ ਖੇਤਾਂ ਵਿੱਚ ਇੱਕ ਬੱਕਰੀ ਆਂਦੀ ਏ ਉਹ ਥੋੜੀ ਜਿਹਾ ਜਾਗ ਉਹਦੀ ਖੁਲਦੀ ਦੇਖਦਾ ਬੱਕਰੀਏ ਕਹਿੰਦੇ ਬੱਕਰੀਏ ਬੱਕਰੀ ਤਾਂ ਕੀ ਖਰਾਬ ਕਰੇਗੀ ਖੇਤ ਛੋਟੀ ਜੀ ਬੱਕਰੀ ਤਾਂ ਹੈਗੀ ਏ ਠੀਕ ਹੈ ਮੈਂ ਸੋ ਜਾਂਦਾ ਮੈਂ ਇਹ ਤਾਂ ਆਪੇ ਹੀ ਚਲੀ ਜਾਏਗੀ ਥੋੜੀ ਦੇਰ ਬਾਅਦ ਉਹਦੀ ਜਾਗ ਖੁੱਲਦੀ ਏ ਹੋਰ ਕਿੰਨੀਆਂ ਸਾਰੀਆਂ ਬੱਕਰੀਆਂ ਤੇ ਗਾਵਾਂ ਉੱਥੇ ਇਕੱਠੀਆਂ ਹੋਈਆਂ ਹੁੰਦੀਆਂ ਕਹਿੰਦਾ ਹੈ ਇਸਨੇ ਤੇ ਆਪਣੇ ਸਾਰੇ ਫਰੈਂਡਸ ਨੂੰ ਵੀ ਇਨਵਾਈਟ ਕਰ ਲਿਆ ਉਹ ਹੜਬਰਾੜ ਨਾਲ ਉੱਠਦਾ ਹੈ ਮੈਜਿਕ ਵਾਂਡ ਲੈ ਬੰਨ ਜਾਂਦਾ ਦੇਖਦਾ ਹੈ ਕਿ ਜਾਨਵਰਾਂ ਨੇ ਮੈਜਿਕ ਵੌਂਡ ਵੀ ਉਹਦਾ ਤੋੜ ਦਿੱਤਾ। ਸੋ ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਕਿ ਇਵਨ ਮੈਜਿਕ ਵੌਂਡ ਯੂਜ਼ ਕਰਨ ਵਾਸਤੇ ਵੀ ਉਹਨੂੰ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਹੀ ਆਣਾ ਪੈਣਾ ਸੀਗਾ। ਸੋ ਤੁਸੀਂ ਕਿੰਨੀਆਂ ਵੀ ਰਿੰਗਸ ਪਾ ਲਓ, ਕਿੰਨੇ ਵੀ ਉਪਰਾਲੇ ਕਰ ਲਓ ਕਿ ਸਾਡਾ ਇਹ ਕੰਮ ਹੋ ਜਾਏ, ਉਹ ਕੰਮ ਹੋ ਜਾਏ। ਐਕਸ਼ਨ ਕਮਿੰਗ ਆਊਟ ਆਫ ਯਰ ਕੰਫਰਟ ਜ਼ੋਨ ਇਜ਼ ਵੈਰੀ ਵੈਰੀ ਇੰਪੋਰਟੈਂਟ। ਹੁਣ ਅਸੀਂ ਆਪਣੇ ਕੰਫਰਟ ਜ਼ੋਨ ਤੋਂ ਕਿਸਰਾ ਬਾਹਰ ਆ ਸਕਦੇ ਆ ਅਸੀਂ ਇਸ ਤਰ੍ਹਾਂ ਬਾਹਰ ਆ ਸਕਦੇ ਆ ਜਦੋਂ ਅਸੀਂ ਵਾਇਗਰੂ ਦਾ ਜਾਪ ਕਰਦੇ ਆ ਅਸੀਂ ਇਨਫੈਕਟ ਆਪਣੇ ਅੰਦਰ ਇੱਕ એનર્ਜੀ ਐਕਟੀਵੇਟ ਕਰਦੇ ਆ ਔਰ ਉਸ ਟੈਂਸ਼ਨਲ ਕਰਦੇ ਆ ਕਿ ਜੋ ਵੀ ਅਸੀਂ ਜ਼ਿੰਦਗੀ ਚ ਕਰਨਾ ਚਾਹੁੰਦੇ ਆ ਉਹ ਅਸੀਂ ਕਰ ਪਾਈਏ ਉਸ ਤੇ ਅਸੀਂ ਐਕਸ਼ਨ ਲੈ ਸਕੀਏ ਸੋ ਅੱਜ ਇੱਕ ਅਸਾਈਨਮੈਂਟ ਕਰਕੇ ਦੇਖੋ ਦੇਖੋ ਆਪਣੇ ਲਾਈਫ ਦੇ ਏਰੀਆਜ਼ ਨੂੰ ਹੈਲਥ फैमिली योर वर्क योर फाइनेंसिज योर रिलेशनशिप्स, रिलेशनशिप तहे एरियाज़ बड़ा आलस आ गया कुछ करना चाहते हो बट आलस के उस आज तक अज तक एक्शन ही नहीं लिया सो so, अज परमात्मा का नाम लो हायर पावर न अपने आप ननैक्ट करो क्योंकि ना थोड़ा बीइंग शिफ्ट होता है So, कि ਜਦੋਂ ਤੁਹਾਡੇ ਅੰਦਰ એનર્ਜੀ ਆ ਜਾਂਦੀ ਹੈ ਉਸ ਪਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਯੋਰ ਬੀਇੰਗ ਇਸ ਸ਼ਿਫਟਡ ਐਂਡ ਜਿਹੜੇ ਪੋਜ਼ਿਟਿਵ ਬੀਇੰਗ ਨਾਲ ਤੁਸੀਂ ਐਕਸ਼ਨ ਲੈ ਸਕਦੇ ਹੋ ਸੋ ਅੱਜ ਇਸ ਨੂੰ ਇੰਪਲੀਮੈਂਟ ਕਰਕੇ ਦੇਖੋ ਪਰਮਾਤਮਾ ਦਾ ਨਾਮ ਲਓ ਉਹ ਏਰੀਆਜ਼ ਜੋਟ ਡਾਊਨ ਕਰੋ ਕਿ ਕਿਹੜੇ-ਕਿਹੜੇ ਏਰੀਆਜ਼ ਦੇ ਜਿੱਥੇ ਤੁਸੀਂ ਬੜਾ ਆਲਸ ਕਰ ਰਹੇ ਹੋ ਕੁਝ ਕਰਨਾ ਚਾਹੁੰਦੇ ਹੋ ਬਟ ਕਰ ਨਹੀਂ ਪਾ ਰਹੇ ਸੋ ਸੀਕ ધ ਬਲੇਸਿੰਗਸ ਆਫ ਦ ਆਲਮਾਈਟੀ And take the action and then share your experiences with me. Thank you so much. Have a great day. Be balanced, be happy. khalsa, fate.